जब उत्ते डाकू सारे बैठे थले सेब बेचने वाले भी दो नंबरी करदा नान लावण वाले भी दो नंबरी करना मैनू पता है सारा पकौड़े वेचण वाले भी दो नंबरियां करदा समोसे वेचण वाला भी दो नंबरियां करदा रमजान शरीफ जो गांधे रोजेदारा नु खवा के बीवे रोजे लोग उमरिया तो टुर जाते हैं रिश्वत लैके जनाब पटवारी भी माण जिथे कोई नहीं ਤੁਸੀਂ ਸਾਡੇ ਨਾਲ ਮੈਂ ਆਪਣਾ ਜੂਨ ਤੋਂ ਲੈ ਕੇ 74 ਤੋਂ ਲੈ ਕੇ ਅੱਜ ਦਿਨ ਤੱਕ ਆਪਣਾ ਹਿਸਾਬ ਦੇਣ ਵਾਸਤੇ ਤਿਆਰ ਹਾਂ ਮੇਰੇ ਨਾਲ ਲਾਨ ਅਦਾਲਤ ਚ ਮੈਨੂੰ ਬੁਲਾਉਣ ਸੁਪਰੀਮ ਕੋਰਟ ਚ ਸਾਰੇ ਆਮ ਜੱਜ ਵੀ ਆਮ ਜਨਾਬ ਸਾਰੇ ਆਮ ਮੈਂ ਵੀ ਉੱਥੇ ਪੈਂਦਾ ਤੁਸੀਂ ਵੀ ਹਿਸਾਬ ਦਿਓ ਤੁਹਾਡੇ ਪੁੱਤਰ ਕਿੱਥੇ ਪੜ੍ਹਦੇ ਤੁਹਾਡੇ ਕਿਚਨ ਦਾ ਖਰਚਾ ਕਿਤਨਾ ਹੈ ਤੁਸੀਂ ਵੀ ਹਿਸਾਬ ਦਿਓ ਮੈਂ ਵੀ ਦੇਣਾ ਜਿਹੜਾ ਝੂਠਾ ਨਿਕਲੇ ਉੱਥੇ ਉਹਦੀ ਗਰਦਨ ਉਡਾ ਦਿਓ ਪਰ ਮਸਲਾ ਤਾਂ ਇੰਜ ਗੱਲੇ ਕਰਨੇ ਵਾਲੀ ਤੁਸੀਂ ਗੱਲਾਂ ਕਰਨੇ ਹੋ ਅਸਾਂ ਨਾ ਕੋਠੇ ਬਣਾਏ ਨਾ ਕੋਠੀਆਂ ਬਣਾਈਆਂ ना ਅਸੀਂ ਆਪਣੇ ਪੁੱਤਰ ਲੋਕਾਂ ਦੇ ਪੁੱਤਰਾਂ ਹਿਫਜ਼ਤ ਲਾ ਕੇ ਆਪਣੇ ਪੁੱਤਰ ਬਾਹਰ ਪੜਨ ਵਾਸਤੇ ਨਹੀਂ ਭੇਜੇ ਨਾ ਆਪਣੇ ਲੋਕਾਂ ਦੇ ਪੁੱਤਰ ਪੜਾ ਦੀਨ ਪੜਾਉਣ ਵਾਸਤੇ ਆਪਣੇ ਪੁੱਤਰ ਨੂੰ ਇੰਗਲਿਸ਼ ਮੀਡੀਅਮ ਭੇਜਿਆ ਕਿ ਆਪਣੇ ਪੁੱਤਰ ਉਸੇ ਮਦਰਸੇ ਚੋਂ ਨਿਕਲ ਰਿਹਾ ਹੋਣ ਇੰਗਲਿਸ਼ ਮੀਡੀਅਮ ਵਾਸਤੇ ਨਾ ਨਾ ਮੈਂ ਆਪਣੇ ਪੁੱਤਰ ਨੂੰ ਇਸ ਪਾਸੇ ਕੋਈ ਨਹੀਂ ਲਾਇਆ ਤੇ ਮੈਂ ਜਿਹੜੀ ਰੋਟੀ ਖਾਂਦਾ ਮੇਰੇ ਪੁੱਤਰ ਵੀ ਉਹੀ ਖਾਂਦੇ ਹਾਂਜੀ ਅਸਾਂ ਕਦੇ ਵੀ ਦੋ ਨੰਬਰੀਆਂ ਨਹੀਂ ਕੀਤੀਆਂ ਸਮਝ ਆਈ ਨਾ ਬਾਤ ਸਾਨੂੰ ਕਦੇ ਵੀ ਕੋਈ ਮਸਲਾ ਇਹ ਪਰੇਸ਼ਾਨੀ ਤਾਂ ਉਹਨੂੰ ਜਿਹੜਾ ਦੋ ਨੰਬਰੀਆਂ ਕਰਦਾ ਕੱਦਾ ਕਰੋ ਪੇ ਜਿਹਨਾਂ ਵੱਡੇ ਵੱਡੇ ਮਹਾਲ ਬਣਾਇਆ ਜਨਾਬ ਫਲਾਣੇ ਟਾਊਨ ਇਸਲਾਮ ਕਿੱਧਰ ਗਿਆ ਸਾਨੂੰ ਵੀ ਦੱਸੋ ਪਾਕਿਸਤਾਨ ਇਸ ਵਾਸਤੇ ਬਣਿਆ ਸੀ ਉਹ ਟਾਊਨ ਬਣ ਗਿਆ ਉਹ ਕੋਠੀ ਬਣ ਗਈ ਉਹ ਪਲਾਜ਼ਾ ਬਣ ਗਿਆ ਮਸੀਦ ਕਿੱਧਰ